ਵੱਲੋਂ ਪੈਦਾ ਕੀਤੀ ਗਈ ਲਹਿਰ ਜੀ ਤੇ ਹੋਈ ਹੈ ਜਿਹੜੀ ਹੁਣ ਅੱਜ ਦੇ ਸਮੇਂ ਦੇ ਵਿੱਚ ਲੋਕ ਲਹਿਰ ਬਣਦੀ ਜਾ ਰਹੀ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਬੈਠੇ ਸੱਥਾਂ ਦੇ ਵਿੱਚ ਲੋਕ ਦਾ ਮੋਰਚਾ ਅੱਗੇ ਆ ਰਹੇ ਦੇ ਵਿੱਚ अपनी जगह से बजे रहिए मंच तो ढड़ी गल रखी जाएगी सारे साथियों बेनती है मंच तो ही ढड़ी गल होगी ਬਿਲਕੁਲ ਨਹੀਂ ਆ ਰਿਹਾ ਜੋ ਵੀ ਕਿਸੇ ਨੇ ਬੋਲੀ ਹੈ ਉਹਨੂੰ ਮੰਨ ਲਓ ਕਿ ਮੰਦਰ ਦਾ ਮੰਦਰ ਬਿਠਾਇਆ ਗਰਾਉਂਡ ਨੂੰ ਬੰਦ ਕਰਾਉਂ ਅਸੀਂ ਉਹਨੂੰ ਸਟੇਜ ਤੇ ਬਿਠਾਲੇ ਕਰਾਂਗੇ ਸਾਫ ਸੁਥਰਾ ਪਰਿਵਾਰ ਹੈ ਸਾਡਾ ਉਸ ਚੀਜ਼ ਨੂੰ ਅਸੀਂ ਸਟੇਜ ਤੋਂ ਬੰਨਾਂ ਕਰਦੇ ਆ ਤੁਸੀਂ ਇੱਥੇ ਆਏ ਹੋ ਅਸੀਂ ਤੁਹਾਡਾ ਧੰਨਵਾਦ ਬਾਬਾ ਫੜੀ ਜੀ ਬੋਲਦਾ ਸੀ ਬਾਬਾ ਫੜੀ ਜੀ ਅਸੀਂ ਤਾਂ ਤੁਹਾਡੇ ਅਧਿਆਪਕਾਂ ਦੇ ਕਹਿਣ ਤੋਂ ਆਏ ਹਾਂ ਹਾਂਜੀ ਅਸੀਂ ਇਹ ਨਹੀਂ ਵੀ ਆਪ ਆਏ ਤੁਸੀਂ ਨਹੀਂ ਨਹੀਂ ਵੀ ਆ ਕੇ ਜਾਓ ਮੈਂ ਤੁਹਾਨੂੰ ਦੱਸਿਆ ਵੀ ਸਾਡੀ ਜਿੰਦਗੀ ਦਾ ਇਸ ਤਰ੍ਹਾਂ ਦਾ ਕਿਸੇ ਦਾ ਨਹੀਂ ਅਸੀਂ ਇਹ ਨਹੀਂ ਗੱਲ ਕਹਿ ਰਹੇ ਗੱਲ ਤਾਂ ਇਹ ਕਹਿ ਰਹੇ ਤੁਸੀਂ ਰੋਕਿਆ ਕਿਉਂ ਨਹੀਂ ਬੰਦੇ ਨੂੰ ਰੋਕਣਾ ਚਾਹੀਦਾ ਨਾ ਉਹਨੂੰ ਰੁਕਣਾ ਚਾਹੀਦਾ ਸੀ ਉਹ ਅਸੀਂ ਬਾਹਰ ਫੜਨੀ ਸੀ ਅਸੀਂ ਉਹਨੂੰ ਸਟੇਜ ਤੋਂ ਪੁੱਛ ਰਹੇ ਹਾਂ ਜੋ ਵੀ ਹੋਣਾ ਉਹ ਸੱਚੇ ਤੇ ਬੰਦੀ ਦਾ ਜੋ ਮੈਂ ਗੱਲ ਕਰ ਰਿਹਾ ਗੱਲ मुर्दाबाद जो नारे लगे कोई मुर्दाबाद के नारे नहीं लगे उन्होंने आपकी दो चार बंदे ने गल की लेकिन जो अध्यापक इतने संघर्ष से बैठे देखो चल रहे सत्ता मोर्चा के मामलों के शामिल हो सकते यार मैनू ना छेड़े दिता गया सर कि ना इंसाफी हो रही है जी थले बड़ी जायज मंग है कि जे सरकार ने उन्होंने रेगुलर करना है तो बिना शर्त तो करना चाहिए भर्ती हुए ने दस हजार तो घट तनखा से इन्हों की दस हजार तो लैके अज 40,000 40,000 की तनखा की है सरकार समय तनखा उदो हुई है रेगुलर कर जोड़ा है इन्हों का केस भी 2016 के असं मंजूर करता से एक्ट बना के सरकार ने हूँ लागू सरकार तो सारा कुछ बंद कर रही है कुछ नवा तो चालू करने की उन्होंने सोच ही नहीं उन्होंने सुविधा केंद्र जोड़े ने वो बंद करते उन्होंने आदर्श स्कूल जो बंद करी जाते हैं मॉडल स्कूलों के तकरीबन बंद होने के किनारे उन्होंने प्रशासन कामों पर कोई ध्यान नहीं है जी है सरकार तो आपकी मौजा मारने लगी हुई है अज जिमें चंदू माजरा जी आए थे इस तो पहला भगवंत मान जी आ चुके हैं सुखपाल खहरा जी आ चुके हैं गल यह है कि जी वह सियासी रोटियां सेक रहे हैं ठीक है जी पिछले 10 साल तो असं संघर्ष करते आ रहे हैं पिछली सरकार जी अकाली भाजपा सरकार सी जे वह चाहते तो सानू उदों ही रेगूलर कर देंगे ठीक है अज वह आगे इतने सियासी रोटियां सेक रहे हैं तो सानू ये कोई फायदा नजर नहीं आता जो उन्होंने कोई भी गल करनी है तो अपने प्लेटफॉर्म तो जाके कर विधानसभा जाके गल करनी जो साढ़े हक का कोई फैसला लेना गलबात कोई
ਮੌਜੂਦਾ ਸਰਕਾਰ ਦੇ ਨਾਲ ਹਜੇ ਕੋਈ ਗੱਲਬਾਤ ਨਹੀਂ ਹੋਈ, ਪਰ ਇੱਥੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਿੱਖਿਆ ਮੰਤਰੀ ਨੂੰ ਆਪਣਾ ਇਕੱਲਾ ਇਕੱਲਾ ਜਿਹੜਾ ਵਾ ਫੈਸਲਾ ਜਿਹੜਾ ਵਾ ਜਿਹੜੀਆਂ ਸਾਡੀਆਂ ਫਾਈਲਾਂ ਬਣੀਆਂ ਹੋਈਆਂ ਲਿਖੀਆਂ ਉਹ ਅਸੀਂ ਦੇ ਚੁੱਕੇ ਹਾਂ, ਸਾਰੇ ਕੈਬਨਿਟ ਮਿਨਿਸਟਰਾਂ ਨੂੰ ਅਸੀਂ ਆਪਣੀਆਂ ਫਾਈਲਾਂ ਦੇ ਚੁੱਕੇ ਹਾਂ, ਜਿਹਦੇ ਵਿੱਚ ਇਹ ਲਿਖਿਆ ਹੋਇਆ ਵਾ ਕਿ ਇਹ ਜਿਹੜੇ ਅਧਿਆਪਕ ਨੇ ਇਹ ਪਹਿਲੇ ਹੀ ਤੈਨੂੰ ਰੈਗੂਲਰ, ਪਰ ਜੇ ਹੁਣ ਉਹ ਸਾਡੀ ਗੱਲ ਨਹੀਂ ਮੰਨ ਰਹੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੈ, ਮਰਨ ਵਰਤ ਰੱਖਿਆ ਅਤੇ ਅੱਜ ਮਰਨ ਵਰਤ ਦਾ 8ਵਾਂ ਦਿਨ ਹੈ, ਫਿਰ ਵੀ ਕਾਂਗਰਸ ਦਾ ਕੋਈ ਵੀ ਨੁਮਾਇੰਦਾ ਆ ਕੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ, ਅਤੇ ਜੇ ਹੁਣ ਸਾਡੀਆਂ ਭੈਣਾਂ ਨੂੰ ਜਾਂ ਵੀਰਾਂ ਨੂੰ ਕੁਛ ਵੀ ਹੁੰਦਾ ਵਾ ਤਾਂ ਇਹਦੀ ਸਿੱਧੀ ਤੋਂ ਸਿੱਧੀ ਜਿਹੜੀ ਆ ਕਾਂਗਰਸ ਸਰਕਾਰ ਜ਼ਿੰਮੇਵਾਰ। ਦੇਖੋ ਜੀ ਹਜੇ ਤੱਕ ਤਾਂ ਕੋਈ ਫਰਕ ਨਹੀਂ, 8 ਦਿਨ ਹੋ ਗਏ ਸਾਡੇ ਤੇ ਵੀਰਾਂ ਨੂੰ ਬੈਠੇ ਨੂੰ, 4 ਦਿਨ ਹੋ ਗਏ ਸਾਡੇ ਭੈਣਾਂ ਨੂੰ, ਇੱਕ ਅੰਨ ਦਾ ਦਾਣਾ ਉਹਨਾਂ ਦੇ ਅੰਦਰ ਨਹੀਂ ਗਿਆ ਅਤੇ ਕਿਸੇ ਨੇ ਸਾਡੀ ਸਾਰ ਨਹੀਂ ਲਈ, ਕਿਸੇ ਨੇ ਸਾਡੀ ਗੱਲ ਬਾਹਰ ਜਾ ਕੇ ਪਹੁੰਚਾਈ ਨਹੀਂ, ਇੱਥੇ ਆਉਂਦੇ ਜ਼ਰੂਰ ਨੇ, ਕਹਿੰਦੇ ਨੇ ਅਸੀਂ ਗੱਲ ਕਰਾਂਗੇ, ਉਦੋਂ ਤੱਕ ਸਾਡੇ ਕਿਸੇ ਨੇ ਕੋਈ ਸਾਡੀ ਸਾਰ ਨਹੀਂ ਲਈ। ਕਈ ਹੋਰ ਮੰਤਰੀ ਆ ਜਿਹੜੇ ਹੋਰ ਵਿਰੋਧੀ ਪਾਰਟੀ ਦੇ, ਉਹਨਾਂ ਦਾ ਕੀ ਸਾਥੀ ਮਰਨ ਮਰਨ ਦੇ ਬੈਠੇ ਹੋਏ ਨੇ, ਇਹਨਾਂ ਦੀ ਕੋਈ ਸਾਰ ਆ ਕੇ ਲਵੇ, ਇਹਨਾਂ ਨੂੰ ਕਿਸੇ ਕੋਈ ਮੈਡੀਕਲ ਟ੍ਰੀਟਮੈਂਟ ਕੁਛ ਨਹੀਂ ਦਿੱਤਾ ਜਾ ਰਿਹਾ। ਹਾਂਜੀ ਆਪਣੀ ਰਾਜ ਸਿਰਫ ਆਪਣੀ ਰਾਜਨੀਤਿਕ ਰੋਟੀਆਂ ਸਿੱਖਣਾ ਰਹੇ, 10 ਸਾਲ ਇਹਨਾਂ ਨੇ ਰਾਜ ਕੀਤਾ, ਚੰਦੂ ਮਾਜਰਾ ਸਾਹਿਬ ਆ ਕੇ ਗਏ ਨੇ, ਇਹਨਾਂ ਨੇ ਕੀ ਕੀਤਾ, ਐਕਟ ਬਣਾਇਆ ਲਾਗੂ ਤਾਂ ਕੀਤਾ ਨੀ, ਸਿਰਫ ਇੱਕ ਜਾਲ ਵਿਛਾਇਆ ਸੀ ਵੋਟਾਂ ਲੈਣ ਲਈ। ਰਾਜਨੀਤਿਕ